ਜਿਹੜਾ ਭੁਪਿੰਦਰ ਸਿੰਘ ਦਾ ਵੱਡਾ ਬੇਟਾ ਉਹ ਬਾਹਰੋਂ ਆਇਆ, ਆਣ ਕੇ ਛੋਟੇ ਭਰਾ ਜਿਹੜਾ ਸੀ ਉਹਦਾ ਉਹ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੂੰ ਵੇਖ ਕੇ ਉਹ ਦੌੜਿਆ ਅਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਉਹਨੇ। ਘਰੇਲੂ ਵਿਵਾਦ ਦੇ ਚੱਲਦੇ ਇੱਕ ਭਰਾ ਦੇ ਵੱਲੋਂ ਦੂਜੇ ਭਰਾ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਮੌਤ ਦੇ ਘਾਟ ਬੇਰਹਿਮੀ ਦੇ ਨਾਲ ਇੱਕ ਭਰਾ ਦੂਜੇ ਭਰਾ ਨੂੰ ਉਤਾਰ ਦਿੰਦਾ ਹੈ ਜੀਆਂ। ਇਹ ਖਬਰ ਜਿਹੜੀ ਆ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਅਮਰੀਕਾ ਦੇ ਵਿੱਚ ਕਪੂਰਥਲਾ ਦਾ ਰਹਿਣ ਵਾਲਾ ਇਹ ਪਰਿਵਾਰ ਸੀ, ਜਿਸ ਦੇ ਵਿੱਚ ਇਹ ਦਰਦਨਾਕ ਘਟਨਾ ਵਾਪਰੀ ਹੈ। ਇੱਕ ਭਰਾ ਦੂਜੇ ਭਰਾ ਦਾ ਹੀ ਦੁਸ਼ਮਣ ਬਣ ਜਾਂਦਾ ਹੈ, ਜਾਨੀ ਦੁਸ਼ਮਣ ਬਣ ਗਿਆ ਇੱਕ ਭਰਾ, ਜਿਸ ਦੇ ਵੱਲੋਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਆਪਣੇ ਭਰਾ ਤੇ, ਜਿਸ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਿੱਤੀ ਗਈ ਹੈ ਜੀਆਂ। ਫਿਰ ਆਪਣੇ ਭਰਾ ਨੂੰ ਗੋਲੀਆਂ ਮਾਰਨ ਤੋਂ ਬਾਅਦ ਇਹ ਦੂਜਾ ਭਰਾ ਜਿਹੜਾ ਘਰੋਂ ਨਿਕਲਦਾ ਹੈ ਤੇ ਉਸ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲੈਂਦਾ ਹੈ ਤੇ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਦੋਵੇਂ ਭਰਾਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਤੇ ਪੂਰੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਜਿੱਦਾਂ ਹੀ ਇਹ ਖਬਰ ਜਿਹੜੀ ਹੈ ਜਦੋਂ ਕਪੂਰਥਲਾ ਦੇ ਵਿੱਚ ਰਹਿ ਰਹੇ ਉਹਨਾਂ ਦੇ ਪਰਿਵਾਰ ਨੂੰ ਮਿਲਦੀ ਹੈ ਤਾਂ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਤੇ ਰਿਸ਼ਤੇਦਾਰਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਿਛਲੇ 40 ਸਾਲਾਂ ਤੋਂ ਇਹ ਪਰਿਵਾਰ ਜਿਹੜਾ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਤੇ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਰਿਸ਼ਤੇਦਾਰਾਂ ਦੇ ਵੱਲੋਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਕਿ ਦੋਵੇਂ ਭਰਾਵਾਂ ਦੇ ਵਿੱਚ ਆਪਸੀ ਕੋਈ ਬਹਿਸ ਹੁੰਦੀ ਹੈ, ਜਿਸ ਦੇ ਚੱਲਦੇ ਇੱਕ ਭਰਾ ਦੂਜੇ ਭਰਾ ਤੇ ਗੋਲੀਆਂ ਚਲਾਉਂਦਾ, ਫਾਇਰਿੰਗ ਕਰਦਾ ਤੇ ਉਸ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲੈਂਦਾ ਹੈ। ਘਰ ਵਿੱਚ ਪਤਾ ਨਹੀਂ ਕੀ ਗੱਲ, ਕੋਈ ਛੋਟੀ ਮੋਟੀ ਹੋਈ, ਕੀ ਗੱਲ ਹੋਈ, ਇਸ ਬਾਰੇ ਤਾਂ ਨਹੀਂ ਬਹੁਤਾ ਪਤਾ ਜੇ ਲੱਗਾ। ਤੇ ਇਹ ਸ਼ਨੀਵਾਰ ਦੀ ਰਾਤ ਨੂੰ ਇਹ ਦਰਦਨਾਕ ਘਟਨਾ ਵਾਪਰੀ, ਜਿਹੜੀ ਕਰਮਜੀਤ ਜਿਹੜਾ ਭੁਪਿੰਦਰ ਸਿੰਘ ਦਾ ਵੱਡਾ ਬੇਟਾ ਉਹ ਬਾਹਰੋਂ ਆਇਆ, ਆਣ ਕੇ ਛੋਟੇ ਭਰਾ ਜਿਹੜਾ ਸੀ ਉਹਦਾ ਵਿਪਨ, ਉਹ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੰਨੀ ਦੇਰ ਨੂੰ। ਹੁਣ ਤਾਂ ਡੈਡੀ ਭੁਪਿੰਦਰ ਸਿੰਘ ਵੀ ਉੱਠ ਪਿਆ, ਮਦਰ ਵੀ ਉੱਠ ਪਈ, ਕਿਸੇ ਤਰੀਕੇ ਉਹਨੂੰ ਫੜ ਫੁੜ ਕੇ ਉਹਨੂੰ ਬਾਹਰ ਕੱਢਿਆ। ਬਾਹਰ ਜਾ ਕੇ ਇੰਨੀ ਦੇਰ ਨੂੰ ਫਿਰ ਉੱਥੇ ਪੁਲਿਸ ਵੀ ਆ ਗਈ, ਐਂਬੂਲੈਂਸ ਆ ਗਈ। ਪੁਲਿਸ ਨੂੰ ਵੇਖ ਕੇ ਉਹ ਦੌੜਿਆ ਅਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਉਹਨੇ। ਦੋਨਾਂ ਦੀ ਮੌਤ ਹੋ ਗਈ। ਮਾਤਾ ਜੀ ਨੂੰ ਵੀ ਉਹਨਾਂ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ, ਪਰ ਉਹ ਟੱਚ ਕਰਕੇ ਪੇਟ ਤੋਂ ਤੇ ਗੋਲੀ ਸਾਈਡ ਨੂੰ ਲੰਘ ਗਈ। ਠੀਕ ਨੇ, ਠੀਕ ਨੇ, ਉਹ ਹੋਸਪਿਟਲ ਸੀ ਪਰ ਠੀਕ ਨੇ, ਹੁਣ ਉਹ ਘਰ ਆ ਗਏ ਨੇ ਹੋਸਪਿਟਲ ਤੋਂ। ਜਿਹੜੀ ਇਹ ਘਟਨਾ ਵਾਪਰੀ, ਇਹਦਾ ਕਾਰਨ ਕੀ ਹੋ ਸਕਦਾ ਜੀ? ਇਹਦਾ ਕਾਰਨ ਘਰ ਦੀ ਕੋਈ ਗੱਲਬਾਤ ਹੋ ਸਕਦੀ, ਕੋਈ ਹੋਰ ਕੁਝ ਕੁਝ ਨਹੀਂ ਕਹਿ ਸਕਦੇ ਇਹਦੇ ਬਾਰੇ। ਕਿੰਨੇ ਸਮੇਂ ਤੋਂ ਬਾਹਰ ਰਹਿ ਰਹੇ, ਕਿੰਨੇ ਕਿੰਨੇ ਬੱਚੇ ਸੀ? ਭੁਪਿੰਦਰ ਸਿੰਘ ਪਿਛਲੇ 40-42 ਸਾਲ ਤੋਂ ਰਹਿ ਰਿਹਾ ਉੱਥੇ ਪਿੱਛੇ, ਬਾਅਦ 'ਚ ਆਪਣੇ ਇੱਥੇ ਆ ਕੇ ਇੰਡੀਆ ਆ ਕੇ ਮੈਰਿਜ ਕਰਕੇ ਵਾਈਫ ਲੈ ਗਿਆ, ਬੱਚੇ ਵੀ ਉੱਥੇ, ਫਿਰ ਤੇ ਬੱਚਿਆਂ ਸਮੇਤ ਰਹਿ ਰਹੇ ਸੀ। ਜਿਹੜੇ ਦੋਨੋਂ ਨੌਜਵਾਨਾਂ ਦੀ ਮੌਤ ਹੋਈ, ਇਹਨਾਂ ਤੋਂ ਮੈਰਿਡ ਕੌਣ ਸੀ, ਅਨਮੈਰਿਡ ਕੌਣ ਸੀ, ਬੱਚੇ ਕਿੰਨੇ ਸੀ? ਵੱਡਾ ਜਿਹਨੇ ਕਰਮਜੀਤ ਨੇ ਜਿਹਨੇ ਗੋਲੀਆਂ ਚਲਾਈਆਂ ਉਹ ਮੈਰਿਡ ਸੀ, ਉਹਦੇ ਅੱਗੋਂ 3 ਬੱਚੇ ਸੀ, 2 ਬੱਚੇ ਛੋਟੇ ਛੋਟੇ ਲੜਕੇ ਸੀ, ਇੱਕ ਲੜਕੀ, 3 ਬੱਚੇ ਨੇ। ਇੱਥੇ ਇੰਡੀਆ ਘਰ ਦੇ ਵਿੱਚ ਕੌਣ ਰਹਿੰਦਾ? ਇੰਡੀਆ 'ਚ ਸਾਡੇ ਤਾਈ ਜੀ ਰਹਿੰਦੇ ਨੇ, ਜਿਹੜੇ ਉਹਨਾਂ ਦੇ ਦਾਦੀ ਹੈ ਬੱਚਿਆਂ ਦੀ, ਭੁਪਿੰਦਰ ਸਿੰਘ ਦੀ ਮਦਰ, ਉਹ ਇੱਥੇ ਰਹਿੰਦੇ ਨੇ। ਇਸ ਘਟਨਾ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਹੀ ਇੱਕ ਮੰਦਭਾਗੀ ਘਟਨਾ ਹੈ ਇਹ, ਸਾਡੇ ਸਾਰੇ ਹੀ ਪਰਿਵਾਰ ਨੂੰ ਸਦਮੇ 'ਚ, ਸਾਡਾ ਪੂਰਾ ਇਲਾਕਾ, ਪੂਰਾ ਨਗਰ ਜਿਹੜਾ ਅੱਜ ਸੋਗ ਦੇ ਵਿੱਚ ਡੁੱਬਿਆ ਪਿਆ। ਸਾਡੇ ਪਰਿਵਾਰ ਸਾਰੇ ਉੱਥੇ ਅਮਰੀਕਾ ਵਿੱਚ ਵੀ ਰਹਿ ਰਹੇ ਨੇ, ਉਹ ਵੀ ਪੂਰੇ ਸੋਗ 'ਚ ਡੁੱਬੇ ਪਏ ਨੇ। ਘਟਨਾ ਬਹੁਤ ਮੰਦਭਾਗੀ ਹੋਈ।